ਅਸੀਂ ਅੱਠ ਟੋਲ ਪਲਾਜ਼ੇ ਬੰਦ ਕਰਦੇ ਇੱਕ ਸਾਲ 'ਚ। ਇਹ ਨੀਤ ਸਾਫ਼ ਹੈ, ਇਹਨਾਂ ਬਾਰੀ ਕਦੇ ਹੋਇਆ? ਇਹਨਾਂ ਨੇ ਹੋਰ ਖੋਲ੍ਹ ਦੇਣੇ ਸੀ, ਅਸੀਂ 4-5 ਹੋਰ ਖੋਲ੍ਹਣ ਤੋਂ ਬੰਦ ਵੀ ਕੀਤੇ ਨੇ। ਭਵਾਨੀਗੜ੍ਹ ਰੋਡ 'ਤੇ, ਭਵਾਨੀਗੜ੍ਹ ਤੋਂ ਕੋਟ ਸ਼ਮੀਰ ਤੱਕ ਬਾਇਆ ਭੀਖੀ ਮਾਨਸਾ 4 ਲਾਉਣੇ ਸੀ, ਅਸੀਂ ਕਿਹਾ ਜੀ ਨਹੀਂ ਲਾਉਣੇ ਸੀ। ਸੋ ਲੋਕਾਂ ਨੂੰ ਘਰੋਂ ਜਦੋਂ ਤੁਰਦੇ ਨੇ ਤੇਲ ਦੇ ਲਗਭਗ ਬਰਾਬਰ ਪੈ ਜਾਂਦਾ, ਸਮਝ ਲਓ ਜਿੰਨੇ ਪੈਸੇ ਦਾ ਤੇਲ ਲੱਗਿਆ ਉਨੇ ਪੈਸਿਆਂ ਦੇ ਟੋਲ ਲੱਗਦੇ ਨੇ, ਮਤਲਬ ਤੇਲ ਤੁਸੀਂ ਦੁੱਗਣੇ ਰੇਟ 'ਤੇ ਪਵਾ ਲਿਓ, ਇਹਦਾ ਮਤਲਬ ਤੇਲ ਦੇ ਬਰਾਬਰ ਦੇ ਪੈਸੇ ਇੱਧਰ ਦੇਣੇ ਪੈ ਰਹੇ ਨੇ। ਸੋ ਇਹ ਜਿਹੜਾ ਜਿੰਨੇ ਵੀ ਟੋਲ ਪਲਾਜ਼ੇ ਲਾ ਕੇ ਲੋਕਾਂ ਦੀ ਲੁੱਟ ਹੋ ਰਹੀ ਹੈ, ਉਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਬੰਦ ਕਰੂਗੀ। ਲੋਕਾਂ ਨਾਲ ਅਸੀਂ ਵਾਅਦੇ ਕੀਤੇ ਹੋਏ ਨੇ ਕਿ ਲੋਕਾਂ ਦਾ ਜਿੱਥੇ ਵੀ ਪੈਸਾ, ਇਹ ਨਹੀਂ ਹੈਗਾ ਹੁਣ ਕਿ ਖੋਲ੍ਹਤਾ ਅਤੇ ਬਸ ਠੀਕ ਹੈ। ਇਦੋਂ ਪਹਿਲਾਂ ਕਿਉਂ ਨਹੀਂ ਉਹਨੂੰ ਰੱਦ ਕੀਤਾ? ਕੌਣ ਕੌਣ ਉਸ ਵੇਲੇ ਮੰਤਰੀ ਸੀ, ਕਿਹੜੇ ਕਿਹੜੇ ਅਫਸਰ ਸੀ PWD ਨਾਲ ਸੰਬੰਧਿਤ, ਜਿਨ੍ਹਾਂ ਨੇ ਇਹਨੂੰ ਅੱਗੇ ਵਧਾਇਆ? ਫਿਰ ਉਹਨਾਂ ਨੇ ਐਗਰੀਮੈਂਟ ਤੋੜਿਆ, ਫਿਰ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਹਿਸਾਬ ਕਰ ਲਓ, ਐਗਰੀਮੈਂਟ ਦੁਬਾਰੇ ਕਰ ਲੈਂਦੇ ਹਾਂ। ਐਗਰੀਮੈਂਟ ਫਿਰ ਠੀਕ ਕੀਤਾ, ਉਹਨਾਂ ਸਾਰਿਆਂ 'ਤੇ ਵਿਭਾਗੀ ਕਾਰਵਾਈ ਵੀ ਹੋਊਗੀ। ਜਿੰਨਾ ਮੈਂ ਹਰ ਰੋਜ਼ ਕਹਿੰਦਾ ਕਿ ਜਿੰਨੇ ਪੈਸੇ ਮਿਲ ਗਏ ਉਹ ਤਾਂ ਚਲੋ ਖਜ਼ਾਨੇ 'ਚ ਪਾਵਾਂਗੇ, ਜਿਹੜੇ ਇਹਨਾਂ ਨੇ ਇੱਧਰ ਉੱਧਰ ਕੀਤੇ ਨੇ ਬੇਨਾਮੀ ਪ੍ਰੋਪਰਟੀਆਂ ਜਾਂ ਉਹ ਵੀ ਪੰਜਾਬੀਆਂ ਦਾ ਇੱਕ ਇੱਕ ਪੈਸਾ ਜਿਹੜਾ ਉਹ ਖਜ਼ਾਨੇ 'ਚ ਲਿਆਉਂਦਾ ਜਾਊਗਾ, ਵਿਆਜ ਸਮੇਤ ਵਾਪਸ ਕਰਾਇਆ ਜਾਊਗਾ।